ਸ਼੍ਰੀਕਾਲ ਜੀ ਅੱਜ ਅਸੀਂ ਬਣਾਵਾਂਗੇ ਆਲੂ ਚੌਲੇ ਦੇਖੋ ਜੀ ਆਲੂ ਮੈਂ ਚੌਲੇ ਮੈਂ ਕੱਟ ਲਏ ਆਲੂ ਕੱਟੇ ਪਿਆ ਪਿਆਜ਼ ਕੱਟੇ ਮਿਰਚਾਂ ਕੱਟੀਆਂ ਹੋਈਆਂ ਅਤੇ ਆਪਾਂ ਵੀ ਮੱਚ ਗਈਆਂ ਨੇ ਸਭ ਤੋਂ ਪਹਿਲਾਂ ਕੱਟਣ ਦੇਖਾਂ ਕੜਾਹੀ ਗਰਮ ਹੋ ਗਈ ਸਾਡੀ ਤੇਲ ਪਾਉਣਾ ਜਿਹਨੂੰ ਮੈਂ ਪਿਆਜ਼ ਪਾਉਂਗੀ ਪਿਆਜ਼ ਸਾਡੇ ਭੁੱਜ ਗਿਆ ਦੇਖੋ ਚੌਲੇ ਪਾਵਾਂਗੇ ਵਿੱਚ ਚੌਲੇ ਭੁੰਨ ਲਿਆ ਸੀ ਪੰਜ ਮਿੰਟ ਚੌਲੇ ਭੁੰਨੇ ਹੁਣ ਮੈਂ ਆਲੂ ਪਾਉਂਗੀ ਇਹਨਾਂ 'ਚ ਮਿਰਚ ਪਾਉਣੀ ਮਿਰਚ ਪਾਉਣੀ ਪਾਉਣੀ ਭਾਫ ਬੰਦ ਕਰ ਦੂੰਗੀ ਪੰਜ ਮਿੰਟ ਲਈ ਪਕਾਵਾਂਗੇ ਧੰਨਵਾਦ ਹਾਂਜੀ ਸ਼ਾਮ ਦੇ 6 ਵਜੇ ਹੈਗੇ ਸ਼ਾਮ ਦੀ ਰੋਟੀ ਦਾ ਟਾਈਮ ਹੋਇਆ ਪਿਆ ਮੈਂ ਸਬਜ਼ੀ ਰੱਖ ਦਿੱਤੀ ਹੈ ਮੈਂ ਆਟਾ ਗੁੰਨ ਲਿਆ
ਜੀ ਸਬਜ਼ੀ ਵੀ ਬਣ ਗਈ ਹੈ ਦੇਖੋ Thank you.